सत श्री अकाल जी, तुसीं देख रहे हो साडा चैनल मालवा बेल्ट ते मैं मनदीप कालसिया। अक्सर असीं आले दुआले देखते हैं, आपां अगर खुद का भी घर बनाने तो बहुत ज़्यादा मेहनत करते हैं। नैचुरली गल है, बहुत शौक है। अजकल सब तो ज़्यादा पैसा अगर देखा जाए तो अजकल घर बनाने ते लाया जाता। खास करके जिहड़े आपां जिहड़े जिमीदार लोग हैगे आ, वो चाहे आपां वेच के किला क्यों ना लाइए, पत्थर लाई दा ਲੱਕੜ ਦਾ ਕੰਮ ਬਹੁਤ ਮਿਹਨਤ ਨਾਲ, ਮਤਲਬ ਪੂਰਾ ਰੱਜ ਕੇ ਪੈਸਾ ਜਿਹੜੇ ਹੈਗੇ ਆ ਲੋਕ ਕੋਠੀਆਂ ਤੇ ਲਾਉਂਦੇ ਨੇ, ਮਕਾਨਾਂ ਤੇ ਲਾਉਂਦੇ ਨੇ। ਆਪਾਂ ਪੂਰੇ ਰੀਝ ਨਾਲ ਆਪਣਾ ਜਿਹੜਾ ਹੈਗਾ ਘਰ ਬਣਾਉਨੇ ਆ, ਮਿਸਤਰੀ ਤੋਂ ਬਣਾਉਨੇ ਆ। ਹੱਥ ਦੀ ਕਾਰਾਗਰੀ ਹੈ ਚਾਹੇ ਜੋ ਵੀ ਆ, ਪਰ ਪਹਿਲਾਂ ਵਾਲੀ ਜੇ ਆਪਾਂ ਕਹੀਏ ਕਾਰਾਗਰੀ ਨਹੀਂ ਰਹੀ। ਫਿਰ ਵੀ ਆਪਾਂ ਰੱਜ ਕੇ ਪੈਸਾ ਆਪਣੇ ਘਰ ਬਣਾਉਣ ਤੇ ਲਾਉਨੇ ਆ। ਤੇ ਅੱਜ ਤੁਹਾਨੂੰ ਐਸਾ ਹੀ ਇੱਕ ਘਰ ਦਿਖਾਵਾਂਗੇ, ਠੀਕ ਹੈ, ਬਿਨਾਂ ਪੈਸੇ ਤੋਂ, ਪਰ ਉਹਦੇ ਵਿੱਚ ਮਿਹਨਤ ਕਿੰਨੀ ਲੱਗੀ ਹੋਣੀ ਆ ਉਹ ਤੁਸੀਂ ਆਪੇ ਸੋਚੋ। ਇਹ ਕਿਸੇ ਇਨਸਾਨ ਦਾ ਘਰ ਨਹੀਂ, ਕਿਸੇ ਮਿਸਤਰੀ ਦਾ ਬਣਾਇਆ ਘਰ ਨਹੀਂ, ਕਿਸੇ ਵੀ ਬੰਦੇ ਦੇ ਹੱਥੀਂ ਬਣਾਇਆ ਘਰ ਨਹੀਂ ਹੈਗਾ। ਇੱਕ ਪੰਛੀ ਦਾ ਜਿਹੜਾ ਹੈਗਾ ਘਰ ਤੁਹਾਨੂੰ ਦਿਖਾਵਾਂਗੇ, ਤੁਸੀਂ ਹੈਰਾਨ ਹੋ ਜਾਓਗੇ। ਅਸੀਂ ਇੱਥੋਂ ਲੰਘੀ ਜਾਂਦੀ, ਸਾਡੀ ਟੀਮ ਲੰਘੀ ਜਾਂਦੀ ਸੀ, ਅਸੀਂ ਇਹ ਦੇਖਿਆ, ਮਤਲਬ ਹੈਰਾਨੀ, ਇੱਕ ਹੈਰਾਨ ਹੋਣ ਵਾਲੀ ਗੱਲ ਹੈਗੀ ਆ। ਜਿਹੜਾ ਇਹ ਅਸੀਂ ਜਿਹਨੂੰ ਆਪਾਂ ਆਲਣਾ ਕਹਿ ਦਿੰਨੇ ਆ, ਆਲਣਾ ਇੱਕ ਪੰਛੀ ਦਾ ਬਣਾਇਆ ਹੋਇਆ, ਇੰਨੀ ਮਿਹਨਤ ਨਾਲ ਬਣਾਇਆ ਹੋਇਆ। ਤੁਸੀਂ ਆਪ ਸੋਚੋ। ਪਹਿਲੀ ਗੱਲ ਉਹ ਦੇਖਣ ਨੂੰ ਆਲਣਾ ਨਹੀਂ ਸੀ ਲੱਗ ਰਿਹਾ, ਉਹ ਜਸਟ ਇੱਕ ਜਿਵੇਂ ਪੱਤਿਆਂ ਵਿੱਚ ਲੁਕਿਆ ਹੋਇਆ ਹੈਗਾ, ਪੱਤੇ ਹੀ ਲੱਗ ਰਹੇ ਸੀ। ਪਰ ਜਦੋਂ ਉਹ ਧਿਆਨ ਨਾਲ ਦੇਖਿਆ ਤਾਂ ਉਹ ਪੰਛੀ ਦੇ ਉਹਦੇ ਵਿੱਚ ਅੰਡੇ ਵੀ ਪਏ ਹੋਏ ਨੇ। ਤੁਹਾਨੂੰ ਦਿਖਾਉਂਦੇ ਆ, ਜ਼ਰਾ ਕੈਮਰਾ ਕਰੋ ਇੱਧਰ। ਇਹ ਜਾਮਣ ਦਾ ਦਰਖਤ ਹੈ, ਜਾਮਣ ਦੇ ਦਰਖਤ ਦੇ ਪੱਤੇ ਨੇ, ਤੇ ਇਹ ਪੱਤੇ ਦੇ ਵਿੱਚ ਜਿਹੜਾ ਹੈਗਾ ਲੁਕਿਆ ਹੋਇਆ ਉਹ ਇੱਕ ਪੰਛੀ ਦਾ ਆਲਣਾ ਹੈ। ਧਿਆਨ ਨਾਲ ਤੁਸੀਂ ਚੈੱਕ ਕਰ ਸਕਦੇ ਹੋ, ਇਹ ਇੱਕ ਤਰ੍ਹਾਂ ਦਾ ਆਲਣਾ ਹੈ। ਇਹਦਾ ਜਿਹੜਾ ਰਸਤਾ ਬਣਾਇਆ ਹੋਇਆ ਉਹ ਵੀ ਤੁਹਾਨੂੰ ਦਿਖਾਵਾਂਗੇ। ਇਹ ਤੁਸੀਂ ਦੇਖ ਸਕਦੇ ਹੋ, ਇਹ ਜਿਹੜੇ ਹੈਗੇ ਨੇ ਇਹ ਪੱਤਿਆਂ ਦੇ ਵਿੱਚ ਲੁਕਿਆ ਹੋਇਆ ਇਹ ਪੰਛੀ ਦਾ ਇੱਕ ਆਲਣਾ ਹੈ, ਜਿਹੜਾ ਮਤਲਬ ਉਹਨੇ ਤਿੰਨ ਪੱਤਿਆਂ ਨੂੰ ਕੀ ਕੀਤਾ ਹੋਇਆ, ਤਿੰਨ ਚਾਰ ਪੱਤਿਆਂ ਨੂੰ ਆਪਸ ਵਿੱਚ ਜੋੜਿਆ ਹੋਇਆ। ਇੱਕ ਤਰ੍ਹਾਂ ਦੇ ਮੈਂ ਕਹਿ ਸਕਦਾ ਵੀ ਜਿੱਦਾਂ ਟਾਂਕੇ ਨਹੀਂ ਲੱਗੇ ਹੁੰਦੇ, ਤੁਸੀਂ ਦੇਖ ਸਕਦੇ ਹੋ, ਜਿਹੜਾ ਨੇੜੇ ਹੋ ਕੇ ਦਿਖਾਓ, ਅੱਜ ਦਾ ਟਾਂਕੇ ਲੱਗੇ ਹੁੰਦੇ ਆ ਪੱਤੇ ਦੇ ਵਿੱਚੋਂ ਦੀ ਉਹਨੇ ਸਾਰਾ ਕੁਝ ਆਪਣਾ ਲੰਘਾਇਆ ਹੋਇਆ, ਸਰਾਖ ਕੀਤੇ ਹੋਏ ਨੇ ਕਿੰਨੀ ਮਿਹਨਤ ਨਾਲ। ਆਈ ਥਿੰਕ ਜਿੱਦਾਂ ਤੁਸੀਂ ਕਹਿ ਸਕਦੇ ਹੋ ਕਿ ਕਾਟਨ ਹੁੰਦੀ ਆ, ਕਾਟਨ ਇਕੱਠੀ ਕੀਤੀ ਹੋਈ ਆ। ਇਧਰੋਂ ਉਧਰੋਂ ਸਾਰਾ ਕੁਝ ਉਹ ਪੰਛੀ ਨੇ ਜਿਹੜਾ ਹੈਗਾ ਉਹ ਇਕੱਠਾ ਕਰਕੇ ਇਹ ਆਲਣਾ ਜਿਹੜਾ ਹੈਗਾ ਉਹ ਬਣਾਇਆ ਹੋਇਆ। ਇੱਕ ਚਿੜੀ ਦਾ ਆਲਣਾ ਹੈ। ਚਿੜੀਆਂ ਅੱਜ ਕੱਲ੍ਹ ਜੋ ਖਤਮ ਹੁੰਦੀਆਂ ਜਾ ਰਹੀਆਂ ਨੇ, ਇੱਕ ਚਿੜੀ ਦਾ ਆਲਣਾ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਮਿਹਨਤ ਨਾਲ ਬਣਾਇਆ ਹੋਇਆ। ਇਹਦਾ ਤੁਹਾਨੂੰ ਅਸੀਂ ਰਸਤਾ ਦਿਖਾਵਾਂਗੇ। ਪਹਿਲਾਂ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਕਿ ਪੱਤੇ ਕਿੱਦਾਂ ਜੋੜੇ ਹੋਏ ਨੇ, ਕਿੰਨੀ ਮਿਹਨਤ ਕੀਤੀ ਹੋਈ ਹੈ। ਇੱਕ ਪੰਛੀ ਦੀ ਕਲਾਕਾਰੀ ਤੁਸੀਂ ਦੇਖ ਸਕਦੇ ਹੋ। ਤੁਸੀਂ ਇਨਸਾਨ, ਆਪਾਂ ਇਨਸਾਨ ਦੀ ਕਲਾਕ੍ਰਿਤੀ ਬਹੁਤ ਦੇਖੀ ਹੈਗੀ ਹੈ, ਇਨਸਾਨ ਬਹੁਤ ਕਲਾਕਾਰ ਹੈਗਾ ਆਪਾਂ ਮੰਨਿਆ ਜਾਂਦਾ ਹੈ, ਪਰ ਇੱਕ ਪੰਛੀ ਜਿੱਦਾਂ ਕਿ ਬਿਜੜਾ ਹੁੰਦਾ ਹੈ ਨਾ, ਬਿਜੜੇ ਦਾ ਤੁਸੀਂ ਆਲਣਾ ਵੀ ਦੇਖਿਆ ਹੋਣਾ। ਇਹ ਚਿੜੀ ਦਾ ਆਲਣਾ ਹੈਗਾ, ਤਿੰਨ ਪੱਤੇ ਆਪਸ ਦੇ ਵਿੱਚ ਕਿੱਦਾਂ ਜੋੜ ਕੇ ਇਹ ਆਲਣਾ ਤਿਆਰ ਕੀਤਾ ਹੋਇਆ। ਤੁਸੀਂ ਕੁਦਰਤ ਦੀ ਕਲਾਕ੍ਰਿਤੀ ਜਿਹੜੀ ਹੈਗੀ ਇਸ ਪੰਛੀ ਦੀ ਤੁਸੀਂ ਦੇਖ ਸਕਦੇ ਹੋ। ਇੱਕ ਚਿੜੀ ਦਾ ਆਲਣਾ ਕਿੱਦਾਂ ਇਹਨੇ ਜੋੜੇ ਹੋਏ ਨੇ ਪੱਤੇ, ਤੁਸੀਂ ਦੇਖੋ। ਤੇ ਤੁਹਾਨੂੰ ਇਹਦਾ ਰਸਤਾ ਦਿਖਾਉਨੇ ਆ, ਜਿੱਥੇ ਹੈਗੇ ਇਹਦੇ ਅੰਡੇ ਰੱਖੇ ਹੋਏ ਹੈਗੇ ਆ, ਇਹਦੇ ਵਿੱਚ ਹੀ ਅੰਡੇ ਪਏ ਨੇ ਇਸ ਆਲਣੇ ਦੇ ਵਿੱਚ ਚਿੜੀ ਦੇ, ਤੇ ਉਹ ਤੁਹਾਨੂੰ ਦਿਖਾ ਰਹੇ ਆ। ਇੱਧਰ ਦੀ ਇਹਦਾ ਰਸਤਾ ਹੈਗਾ, ਤੁਸੀਂ ਦੇਖ ਸਕਦੇ ਹੋ ਇਹਦਾ ਰਸਤਾ ਕਿੱਦਾਂ ਬਣਾਇਆ ਹੋਇਆ, ਕਿੰਨੀ ਮਿਹਨਤ ਕੀਤੀ ਹੋਈ ਹੈ। ਆਪਣੇ ਆਪ ਵਿੱਚ ਬਹੁਤ ਵੱਡੀ ਕਲਾ ਇਹ, ਜਿਹੜੀ ਇੱਕ ਪੰਛੀ ਵੱਲੋਂ ਕੀਤੀ ਗਈ ਹੈ। ਇਨਸਾਨ ਆਪਣੇ ਆਪ ਨੂੰ ਬਹੁਤ ਜ਼ਿਆਦਾ ਸਮਝਦਾਰ ਬਣਦਾ ਕਿ ਅਸੀਂ ਮਤਲਬ ਜਿਹੜੀ ਹੈਗੀ ਆ, ਜਿੱਦਾਂ ਇੱਕ ਅਸੀਂ ਕਹਿੰਦੇ ਆ, ਅਕਸਰ ਹੀ ਸੁਣਦੇ ਆ ਕਿ ਸ਼੍ਰੋਮਣੀ ਜੂਨ ਹੈ ਸਾਡੀ, ਮਤਲਬ ਸਾਡੇ ਵਿੱਚ ਜਿਹੜਾ ਹੈਗਾ ਦਿਮਾਗ ਬਹੁਤ ਹੈ। ਸਾਨੂੰ ਮਤਲਬ ਇੰਨਾ ਜ਼ਿਆਦਾ ਦਿਮਾਗ ਬਖਸ਼ਿਆ ਰੱਬ ਨੇ, ਮਤਲਬ ਦਿਮਾਗ ਜਿਹੜਾ ਹੈਗਾ ਹਰ ਇੱਕ ਜਾਨਵਰ ਵਿੱਚ ਹੈ, ਕੋਈ ਵੀ ਕਿਸੇ ਨਾਲੋਂ ਘੱਟ ਨਹੀਂ, ਜਾਨਵਰ ਵੀ ਇਨਸਾਨਾਂ ਨਾਲੋਂ ਘੱਟ ਨਹੀਂ। ਇਨਸਾਨ ਸਗੋਂ ਆਪੇ ਕਹਿ ਸਕਦੇ ਆ ਕਿ ਜਾਨਵਰਾਂ ਨੂੰ ਦੇਖ ਦੇਖ ਕੇ ਇਨਸਾਨ ਜਿਹੜਾ ਹੈਗਾ ਆਪਣੇ ਆਪ ਵਿੱਚ ਕਲਾ ਨੂੰ ਲੈ ਕੇ ਆਉਂਦਾ, ਇਹ ਕਿਹਾ ਜਾ ਸਕਦਾ। ਕਿਉਂਕਿ ਤੁਸੀਂ ਦੇਖ ਸਕਦੇ ਹੋ ਉਹਨੇ ਸਿਰਫ ਆਪਣੇ ਮੂੰਹ ਨਾਲ ਇਹ ਤਿਆਰ ਕੀਤਾ ਹੋਇਆ, ਨਾ ਕਿ ਉਹਦੇ ਹੱਥ ਨਾ ਪੈਰ, ਉਹਨੇ ਸਿਰਫ ਇਹ ਮੂੰਹ ਨਾਲ ਸਾਰਾ ਤਿਆਰ ਕੀਤਾ ਹੋਇਆ। ਕਿੱਦਾਂ ਤਿੰਨ ਪੱਤਿਆਂ ਨੂੰ ਜੋੜ ਕੇ ਇੱਕ ਆਲਣਾ ਬਣਾ ਦਿੱਤਾ ਗਿਆ, ਇੱਕ ਪੰਛੀ ਦੇ ਵੱਲੋਂ, ਇੱਕ ਚਿੜੀ ਦੇ ਵੱਲੋਂ। ਤੁਸੀਂ ਦੇਖ ਸਕਦੇ ਹੋ ਅੰਡੇ ਵੀ ਹੈਗੇ ਨੇ। ਇਹ ਜਿਹੜਾ ਹੈਗਾ ਆਲਣਾ ਇੱਕ ਚਿੜੀ ਵੱਲੋਂ ਬਣਾਇਆ ਗਿਆ। ਤੁਸੀਂ ਦੇਖ ਸਕਦੇ ਹੋ ਕਿੰਨੀ ਮਿਹਨਤ ਨਾਲ ਬਣਾਇਆ ਹੋਇਆ, ਕਿੱਡੀ ਵੱਡੀ ਕਲਾ ਹੈ। ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਕਲਾ ਇਹ, ਜੋ ਤੁਸੀਂ ਆਲਣਾ ਦੇਖ ਰਹੇ ਹੋ। ਕਮਾਲ ਦੀ ਗੱਲ ਹੈ, अगर वधिया लगी होवे वीडियो तो जरूर शेयर करनी तो बनती हुई आ। उम्मीद है तुसी जरूर शेयर करोगे। इदां दी चीज़ जिहड़ी हैगी आ किते किते देखण नूं मिलदी है। ये जामण के दरख्त ते बनाया होया एक आलना हैगा जिहड़ा दो पत्तियां नूं तीन पत्तियां नूं जोड़ के अपने मूँह नालों ने तैयार किया। अगर वीडियो चंगी लगी होवे तो जरूर शेयर करियो ते चैनल नूं है जो सबसक्राइब जरूर करियो ते कमेंट जरूर करियो कि तुहानूं किदां दी वीडियो लगी। जो तुहानूं असीं दिखाया आलना कला किदां दी लगी वीडियो। धन्यवाद देखने लिए, सब्सक्राइब जरूर करो चैनल।